ਵਾਦੀ ਸਵਾਤ ਆਪਣੇ ਹੁਸਨੋ ਜਮਾਲ ਤੇ ਦਿਲਕਸ਼ ਮਨਾਜ਼ਰ ਦੀ ਵਜ੍ਹਾ ਨਾਲ ਪੂਰੀ ਦੁਨੀਆ 'ਚ ਗੈਰ ਮਾਮੂਲੀ ਸ਼ੋਹਰਤ ਰੱਖਦੀ ਹੈ। ਇਸ ਵਾਦੀ 'ਚ ਪਸ਼ਤੋ ਦੇ ਇਲਾਵਾ ਤੋਰਵਾਲੀ, ਕੋਹਿਸਤਾਨੀ, ਗੋਜਰੀ, ਗਾਵਰੀ, ਖੁਆਰ, ਅਸ਼ੋਜੋ ਅਤੇ ਹਿੰਦਕੋ ਜ਼ੁਬਾਨ ਬੋਲੀ ਜਾਂਦੀ ਹੈ। ਗੰਧਾਰਾ ਹਿੰਦਕੋ ਅਕੈਡਮੀ ਨੇ ਫੈਸਲਾ ਕੀਤਾ ਕਿ ਸਵਾਤ 'ਚ ਬੋਲੀ ਜਾਣ ਵਾਲੀ ਜ਼ਬਾਨਾਂ ਦੀ ਤਰਵੀਜ ਵ ਤਰੱਕੀ ਦੇ ਹਵਾਲੇ ਨਾਲ ਇੱਕ ਕਾਨਫਰੰਸ ਬਹਿਰੈਨ 'ਚ ਮੁਨਕਦ ਕੀਤੀ ਜਾਵੇ। ਗੰਧਾਰਾ ਹਿੰਦਕੋ ਬੋਰਡ ਪਾਕਿਸਤਾਨ, ਗੰਧਾਰਾ ਹਿੰਦਕੋ ਅਕੈਡਮੀ ਅਤੇ ਤੋਰਵਾਲੀ ਰਿਸਰਚ ਫੋਰਮ ਦੇ ਤਹਿਤ ਬਹਿਰੈਨ ਸਵਾਤ 'ਚ 6ਵੀਂ KPK ਲੈਂਗੁਏਜ ਕਾਨਫਰੰਸ ਮੁਨਕਦ ਕੀਤੀ ਗਈ। ਕਾਨਫਰੰਸ ਦਾ ਮੌਜੂ ਆਇਆ ਵਾਦੀਏ ਸਵਾਤ ਦੀ ਜ਼ਬਾਨਾਂ ਅਤੇ ਸਕਾਫਤ ਦੀ ਤਰੱਕੀ ਦਾ ਅਜ਼ਮ। ਇਸ ਕਾਨਫਰੰਸ ਦੇ ਕੋਆਰਡੀਨੇਟਰ ਮੁਹੰਮਦ ਜ਼ਿਆਉਦੀਨ, ਜਨਰਲ ਸੈਕਟਰੀ ਗੰਧਾਰਾ ਹਿੰਦਕੋ ਬੋਰਡ, ਕਨਵੀਨੀਅਰ ਇਨਾਮੁੱਲਾ ਤੋਰਵਾਲੀ ਅਤੇ ਡਿਪਟੀ ਕਨਵੀਨੀਅਰ ਜ਼ਹੂਰ ਅਹਿਮਦ ਸ਼ਾਕਿਰ ਰਹੇ। ਪਹਿਲੇ ਸੈਸ਼ਨ ਦੀ ਸਦਾਰਤ ਹਬੀਬੁੱਲਾ ਸਾਕਿਟ, ਤਹਿਸੀਲ ਨਾਜ਼ਿਮ ਬਹਿਰੈਨ ਨੇ ਕੀਤੀ, ਜਦਕਿ ਮਹਿਮਾਨ ਖਸੂਸੀ ਹਾਜੀ ਬਖਤਿਆਰ ਸਾਹਿਬ ਰਹੇ। ਗੰਧਾਰਾ ਹਿੰਦਕੋ ਬੋਰਡ ਦੇ ਜਨਰਲ ਸੈਕਟਰੀ ਮੁਹੰਮਦ ਜ਼ਿਆਉਦੀਨ ਨੇ ਤਮਾਮ ਸ਼ੁਰਕਾ ਦਾ ਸ਼ੁਕਰੀਆ ਅਦਾ ਕੀਤਾ ਅਤੇ ਗੰਧਾਰਾ ਹਿੰਦਕੋ ਬੋਰਡ ਅਤੇ ਅਕੈਡਮੀ ਦਾ ਮੁਖਤਸਰ ਜਾਇਜ਼ਾ ਪੇਸ਼ ਕੀਤਾ। 23 ਸਾਲ ਪਹਿਲੇ ਮੈਂ ਆਪਣੇ ਘਰ ਦੀ ਬੈਠਕ ਕੇ ਅੰਦਰ ਇਸੀ ਗੰਧਾਰਾ ਹਿੰਦਕੋ ਬੋਰਡ ਕੀ ਬੁਨਿਆਦ ਰੱਖੀ, ਆਪਣੇ ਪੈਸੋਂ ਸੇ ਰੱਖੀ, ਕਿਸੀ ਕੀ ਤਰਫ ਨਹੀਂ ਦੇਖਾ, ਮੇਰੀ ਤਰਫ ਆ, ਮੁਝੇ ਦੋ ਫਲਾਣ ਮਕਾਨ, ਯੇ ਨਹੀਂ। ਜਬ ਮੈਨੇ ਕਹਾ ਕਿ ਅੱਲਾ ਨੇ ਮੁਝੇ ਕਹਾ ਕਿ ਤੁਹਾਡੀ ਜ਼ੁਬਾਨ ਹੈ, ਪਛਾਣ ਹੈ ਤੁਹਾਡੀ, ਤੋ ਮੁਝੇ ਇਸ ਪਰ ਫਖਰ ਹੈ, ਉਹ ਫਖਰ ਹੋਣੇ ਕੇ ਬਾਅਦ ਮੈਂ ਇਸਕੋ ਪ੍ਰਮੋਟ ਵੀ ਕਰੂੰਗਾ, ਤਾਂ ਕਿ ਇਹ ਮੇਰੇ ਵਜੂਦ ਦਾ ਹਿੱਸਾ ਹੈ, ਇਸ ਤਰ੍ਹਾਂ ਮੇਰੇ ਵਜੂਦ ਕੇ ਉੱਪਰ ਕੱਪੜੇ ਹੈ, ਇਸੀ ਤਰ੍ਹਾਂ ਮੇਰੇ ਵਜੂਦ ਕੇ ਉੱਪਰ ਨਾ ਨਜ਼ਰ ਆਨੇ ਵਾਲਾ ਇੱਕ ਵਜੂਦ ਦਾ ਹਿੱਸਾ ਹੈ, ਮੈਨੇ ਇਸਕੋ ਪ੍ਰਮੋਟ ਕਰਨਾ। ਉਸ ਦਿਨ ਸੇ ਲੈ ਕਰ ਆਜ ਤੱਕ ਜੀ ਹਮਨੇ ਕੀਆ ਕਿ ਹਮਨੇ ਕਿਤਾਬੇ ਛਾਪੀ, ਪ੍ਰੋਗਰਾਮ ਕੀਏ, ਲੋਕੋਂ ਕੋ ਬੁਲਾਇਆ, ਡਿਸਕਸ਼ਨਸ ਹੋਈ, ਮੀਟਿੰਗਸ ਹੋਈ, ਹਰ ਉਹ ਕੰਮ ਕੀਆ ਜੋ ਅਕੈਡਮੀ ਕਰਦੀ ਹੈ। ਪਹਿਲੇ ਸੈਸ਼ਨ ਦੇ ਮਕਾਲਾ ਨਿਗਾਰਾਂ 'ਚ ਫਾਰਸ ਡਿਪਾਰਟਮੈਂਟ ਸੀਜ਼ ਸ਼ਮਸੀ ਖਾਨ, ਜਿਨ੍ਹਾਂ ਦੇ ਮਕਾਲੇ ਦਾ ਮੌਜੂ ਆਇਆ ਸਵਾਤ ਅਤੇ ਦੀਗਰ ਕੋਹਿਸਤਾਨ 'ਚ ਬੋਲੇ ਜਾਣ ਵਾਲੀ ਗਾਵਰੀ ਜ਼ਬਾਨ ਦਾ ਤਾਰੀਖੀ ਪਸ ਮੰਜ਼ਰ, ਗੌਰਮੈਂਟ ਕਾਲਜ ਜੰਗ ਦੇ ਲੈਕਚਰਾਰ ਅਤੇ ਸੀਨੀਅਰ ਰਿਸਰਚਰ ਸੈਂਟਰ ਫਾਰ ਲੈਂਗੁਏਜ ਇੰਜੀਨੀਅਰ ਨਿਗਾਹ ਸੈਯਦ ਮੁਸਤਫਾ ਨੇ ਕੰਪਿਊਟਰ ਅਤੇ ਪਸ਼ਤੋ ਇਮਲਾ ਨਿਗਾਰੀ ਦੀ ਮੁਸ਼ਕਲਾਂ, ਜਦਕਿ ਸ਼ਾਹ ਅਸਲਮ ਖਾਨ ਐਡਵੋਕੇਟ ਨੇ ਸਵਾਤ ਦੀ ਸਿਆਸੀ ਤਾਰੀਖ ਦਾ ਇੱਕ ਜਾਇਜ਼ਾ ਪੇਸ਼ ਕੀਤਾ। ਹੋਣਾ ਚਾਹੀਏ ਜੋ ਤੋਰਵਾਲੀ ਔਰ ਗਾਵਰੀ ਕਾ ਇਲਾਕਾ ਹੈ, ਯਹਾਂ ਪਰ ਅਗਰ ਇੱਕ ਗਾਓਂ ਮੇਂ 50% ਹਮਾਰੇ ਗੁਜਰ ਭਾਈ ਹੈ, ਤੋ ਉਧਰ ਗੁਜਰ ਲੜਕੇ ਕੋ PTC ਉਸਤਾਦ ਬਣਾਏ। ਦੂਸਰੇ ਸੈਸ਼ਨ ਦੀ ਸਦਾਰਤ ਮਾਹਿਰ ਲਿਸਾਨੀਅਤ ਪਰਵੇਜ਼ ਸ਼ਾਹੀਨ ਨੇ ਕੀਤੀ, ਜਦਕਿ ਮਹਿਮਾਨ ਖਸੂਸੀ ਮੁਹੰਮਦ ਆਤਿਫ, ਹੈੱਡ ਆਫ ਡਿਪਾਰਟਮੈਂਟ ਆਫ ਸਵਾਤ ਕਲਚਰ ਟੂਰਿਜ਼ਮ ਯੂਨੀਵਰਸਿਟੀ ਆਫ ਸਵਾਤ ਹੈ। ਮੁਖਤਲਿਫ ਸ਼ਹਿਰਾਂ 'ਚੋਂ ਆਏ ਹੋਏ ਮੰਦੋਬੀਨ ਨੇ ਆਪਣੇ ਆਪਣੇ ਮਕਾਲਾਜਾਤ ਪੇਸ਼ ਕੀਤੇ, ਜਿਨ੍ਹਾਂ 'ਚ ਮੁਹੰਮਦ ਨਿਸਾਰ ਨੇ ਸਵਾਤ ਅਤੇ ਬਲਾਈ ਇਲਾਕਿਆਂ 'ਚ ਮੁਕੀਮ ਗੋਜਰੀ ਜ਼ਬਾਨ ਅਤੇ ਬਰਾਦਰੀ ਦੇ ਬਾਰੇ 'ਚ ਇਬਤਦਾਈ ਮੁਤਾਲਿਆ, ਡਾਕਟਰ ਨਸੀਰ ਅਹਿਮਦ ਖਾਨ ਨੇ ਕੰਪਿਊਟਰ ਅਤੇ ਪਾਕਿਸਤਾਨੀ ਜ਼ਬਾਨਾਂ ਦੀ ਤਹਿਰੀਰ, ਅਤਾਉਰ ਰਹਿਮਾਨ ਨੇ ਸਵਾਤ ਦੇ ਪਸ਼ਤੋ ਅਦਬੀ ਹਲਕਿਆਂ ਦਾ ਇੱਕ ਜਾਇਜ਼ਾ, ਅਲੀ ਹੁਸੈਨ ਨੇ ਮਾਦੂਮੀਅਤ 'ਚ ਦੋ ਚਾਰ ਉਸ਼ੂਜੂ ਜ਼ਬਾਨ ਦਾ ਮੁਸਤਕਬਿਲ ਅਤੇ ਹਾਲੀਆ ਮਨਸੂਬੇ ਦੀ ਰੁਦਾਤ, ਜ਼ਾਕਿਰ ਉੱਲਾ ਨੇ ਸਵਾਤ ਕੋਹਿਸਤਾਨ ਦੀ ਕਸ਼ਤਕਾਰੀ ਬਰਾਦਰੀ ਜ਼ਬਾਨ ਅਤੇ ਲੋਕ, ਮੁਹੰਮਦ ਜ਼ਰੀਨ ਖਾਨ ਨੇ ਸਵਾਤ 'ਚ ਬੋਲੇ ਜਾਣ ਵਾਲੀ ਗੋਜਰੀ ਦਾ KPK ਦੇ ਦੀਗਰ ਲਹਿਜਿਆਂ ਨਾਲ ਇੱਕ ਮਵਾਜ਼ਨਾ, ਨੂਰ ਖਾਨ ਨੇ ਤੋਰਵਾਲੀ ਜ਼ਬਾਨ ਦੀ ਦਸਤਾਵੇਜ਼ ਬੰਦੀ, ਮਾਜ਼ੀ ਹਾਲ ਅਤੇ ਮੁਸਤਕਬਿਲ ਦਾ ਇੱਕ ਜਾਇਜ਼ਾ ਪੇਸ਼ ਕੀਤਾ। ਇਸ ਕਾਨਫਰੰਸ 'ਚ ਮਾਰੂਫ ਗੁਲੂਕਾਰ ਅਫਜ਼ਲ ਅੰਜਮ ਨੇ ਆਪਣੀ ਖੂਬਸੂਰਤ ਆਵਾਜ਼ 'ਚ ਉਰਦੂ, ਤੋਰਵਾਲੀ ਅਤੇ ਪਸ਼ਤੋ 'ਚ ਮਿਲੀ ਨਗਮੇ ਪੇਸ਼ ਕੀਤੇ, ਜਿਨ੍ਹਾਂ ਨੂੰ ਹਾਜ਼ਰੀਨ ਨੇ ਬੜਾ ਸਰਾਹਾ। ਗੰਧਾਰਾ ਹਿੰਦਕੋ ਬੋਰਡ ਦੇ ਵਾਈਸ ਚੇਅਰਮੈਨ ਡਾਕਟਰ ਸਲਾਹਉਦੀਨ ਨੇ ਤੋਰਵਾਲੀ ਰਿਸਰਚ ਫੋਰਮ ਦੇ ਹਵਾਲੇ ਨਾਲ ਆਪਣੇ ਖਿਆਲਾਤ ਦਾ ਇਜ਼ਹਾਰ ਕੀਤਾ ਕਿ ਤੋਰਵਾਲੀ ਰਿਸਰਚ ਫੋਰਮ ਦੀ ਇਸ ਸ਼ਹਿਰ 'ਚ ਮੁਖਤਲਿਫ ਜ਼ਬਾਨਾਂ ਅਤੇ ਸਕਾਫਤ ਨੂੰ ਜ਼ਿੰਦਾ ਰੱਖਣ ਦੇ ਹਵਾਲੇ ਨਾਲ ਖਿਦਮਾਤ ਕਾਬਲੇ ਸਤਾਇਸ਼ ਹਨ।
قبائلی آپ کی گوجری آپ کی کھوار اور آپ کی دیگر یہاں کی قبائلی اور بولی جانے والی زبانی ہیں ان کی اتنی زیادہ ہمیں تعریف اتنی زیادہ توصیف اس کا ادب اس کی تہذیب اس کی ثقافت اس کی شناخت اس کی پہچان اس کا تشخص ہم نے اتنا سنا اور اتنا محبوب ہوا ہے کہ ہمیں لگتا ہے کہ ہمیں توروالی میں سے ہونا چاہیے تھا کہ ہمیں گوجری میں سے ہونا چاہیے کانفرنس وچ متفقہ طور تے کئی قراردادہ منظور کیتی گئیاں جس دے تحت صوبائی مرکزی حکومتاں تے متعلقہ حکام سی درجیل قراردادہ منظور کرانے دا مطالبہ کیتا گیا پہلی قرارداد دے مطابق جڑے وفاقی ادارے زبان ادب تے لٹریچر ویسے کم پئی کر دین او پاکستان دی وڈی زباناں دے نال کم بولے جانے والی زباناں نوں بھی اہمیت دیون دوسری قرارداد دے مطابق بین الاقوامی فورم تے پاکستان اچ لسانی تنوع تے لسانی برادریاں دے لسانی تشخص نو اجاگر کرنے واسطے تمام علاقائی زباناں دا ذکر کیتا جاوے تے بتایا جاوے کہ پاکستان درجن زباناں بولنے والا ملک اے تیسری قرارداد دے مطابق خیبر پختونخوا اسمبلی نے خیبر پختونخوا پروموشن آف ریجنل لینگویج اتھارٹی ایکٹ 2012 دے ناں سی جڑا ایکٹ پاس کیتا اس تے فوری طور تے عمل کیتا جاوے چوتھی قرارداد دے مطابق صوبہ خیبر پختونخوا بولے جانے والی 6 وڈیاں زباناں یعنی ہنکو پشتو سرائکی کھوار کوہستانی گوجریچ بچوں نوں ابتدائی تعلیم دینے دا اہتمام کیتا جاوے پنجویں قرارداد دے مطابق مردم شماری فارم تے ہر لسانی برادری دے زبان دے کالم دا اضافہ کیتا جاوے اس سلسلے وچ مستقبل وچ ہونے والی مردم شماری دے ایک فارم دا اضافہ کیتا جاوے جس نوں مادری زباناں دے تعین دا فارم کیا جاوے چھٹی قرارداد دے مطابق وادی سوات وچ رہنے والیاں زباناں ادب ثقافت تاریخی ورثہ تے معاشرت دے فروغ واسطے اقدامات کیتے جاون ستویں قرارداد دے مطابق سرکاری کاغذات تے سائن بورڈا تے علاقے دے گراواں تے دیگر مقامات دے مقامی نامہ دا اندراج کیتا جاوے اٹھویں قرارداد دے مطابق مقامی زباناں دی ترقی و ترویج تے تعلیمی و سماجی مقاصد واسطے لسانی برادری دے علاقیاں چ ایف ایم چینل قائم کیتے جاون دوسرے سیشن دے اختتام تے تمام مقالہ نگاراں تے مندوبین نے شیلڈز تے سرٹیفکیٹ تقسیم کیتے گئے تیسرے سیشن وچ مشاعرے دا اہتمام کیتا گیا جس وچ سوات وچ بولے جانے والیاں زباناں ہنکو پشوجو کھوار گاؤری پشتو توروالی چ شعرا نے اپنا اپنا کلام پیش کیتا محمد زمان رشید احمد محمد اکرام محمد دیدار تاج محمد منصور احمد ندیم چراغ سمیع الحق گردان عطا اللہ خان محمد زیب احمد زیب احمد گل جاوید اقبال سلیم جان باز حفیظ اللہ زرین گل محمد ضیاء الدین ندیم احمد اوان ناصر داؤد تے علی اویس نے اپنا اپنا کلام پیش کیتا یہ خوبصورت کانفرنس اس عزم نال اختتام پذیر ہوئی کہ سال 2017 کلام سوات لینگویجز ورکشاپ دا انعقاد کیتا جاسی